ਸਤਿ ਸ੍ਰੀ ਅਕਾਲ ਦੋਸਤੋ, ਤੁਸੀਂ ਦੇਖ ਰਹੇ ਹੋ ਆਨਲਾਈਨ ਲੁਧਿਆਣਾ। ਫ੍ਰੀ ਮੈਡੀਕਲ ਕੈਂਪ ਲਗਾਇਆ ਗਿਆ ਦੇਵ ਭੂਮੀ ਸਮਾਜਿਕ ਸੇਵਾ ਸਮਿਤੀ ਵੱਲੋਂ ਨਿਊ ਮਹਾਵੀਰ ਮਾਡਲ ਹਾਈ ਸਕੂਲ ਸ਼ਹੀਦ ਭਗਤ ਸਿੰਘ ਨਗਰ ਵਿਖੇ, ਜਿਸ ਵਿੱਚ ਅਨੇਕਾਂ ਡਾਕਟਰਾਂ ਨੇ ਹਿੱਸਾ ਲਿਆ। ਆਓ ਦੇਖਦੇ ਹਾਂ ਡਾਕਟਰਾਂ ਦਾ ਇਸ ਕੈਂਪ ਬਾਰੇ ਕੀ ਵਿਚਾਰ। ਕੀ ਕਹਿਣਾ ਚਾਹੋਗੇ ਅੱਜ ਦੇ ਮੌਕੇ ਦੇ ਉੱਤੇ ਮੈਡੀਕਲ ਕੈਂਪ ਦੇ ਵਿੱਚ? ਆਹ ਜਿਹੜਾ ਮੈਡੀਕਲ ਕੈਂਪ ਹੈ ਹਾਈਕਰ ਹੋਸਪਿਟਲ ਵੱਲੋਂ ਇੱਥੇ ਲਾਇਆ ਗਿਆ ਹੈਗਾ। ਇੱਥੇ ਅਸੀਂ ਸ਼ੂਗਰ, ਬੀ ਪੀ, ਹਾਰਟ ਦੇ ਮਰੀਜ਼ਾਂ ਦੀ ਜਾਂਚ ਕਰ ਰਹੇ ਹਾਂ। ਸਵੇਰੇ ਤੋਂ 50-60 ਮਰੀਜ਼ ਆ ਚੁੱਕੇ ਨੇ ਅਤੇ ਸਾਰੇ ਬੜੇ ਸਿਸਟਮ ਵਾਈਜ਼ ਆ ਰਹੇ ਨੇ ਅਤੇ ਸਾਰਿਆਂ ਨੂੰ ਇਸ ਕੈਂਪ ਦਾ ਬੜਾ ਫਾਇਦਾ ਹੋ ਰਿਹਾ। ਅਸੀਂ ਫ੍ਰੀ ਦਵਾਈਆਂ ਅਤੇ ਫ੍ਰੀ ਟੈਸਟ ਵੀ ਇੱਥੇ ਹੀ ਕਰ ਰਹੇ ਹਾਂ ਸਾਰੇ ਮਰੀਜ਼ਾਂ ਦੇ। ਹੁਣ ਤੱਕ ਕਿੰਨੇ ਮਰੀਜ਼ ਆ ਚੁੱਕੇ ਨੇ? 50-60 ਮਰੀਜ਼ ਆ ਚੁੱਕੇ ਨੇ ਅਜੇ ਤੱਕ, ਅਜੇ 1-1.5 ਘੰਟਾ ਹੀ ਹੋਇਆ। ਇਸ ਮੈਡੀਕਲ ਕੈਂਪ ਵਿੱਚ ਅੱਜ ਫ੍ਰੀ ਦਵਾਈਆਂ ਦਾ ਕੀਤਾ ਗਿਆ ਲੀਵ ਫੂਡ ਹੈਲਥ ਕੇਅਰ ਵੱਲੋਂ ਅਤੇ ਉਹਨਾਂ ਦਾ ਮੁਹੱਬਤ ਧੰਨਵਾਦ ਕਰਦੇ ਸੀ ਅਤੇ ਆਏ ਹੋਏ ਡਾਕਟਰਾਂ ਦਾ ਸਭ ਦਾ ਧੰਨਵਾਦ ਹੈ ਜੀ। ਇਸ ਬਾਰੇ ਕੀ ਕਹਿਣਾ ਚਾਹੋਗੇ? ਅੱਜ ਸਾਡੀ ਦੇਵ ਭੂਮੀ ਜਿਹੜੀ ਸੰਸਥਾ ਹੈ ਉਹਨਾਂ ਨੇ ਇੱਥੇ ਇੱਕ ਮਹਾਵੀਰ ਸਕੂਲ 'ਚ ਕੈਂਪ ਲਾਇਆ। ਇਹ ਜਿਹੜਾ ਪਿਛੜਾ ਇਲਾਕਾ ਸ਼ਹੀਦ ਭਗਤ ਸਿੰਘ ਨਗਰ, ਗਰੀਬ ਲੋਕ ਰਹਿੰਦੇ ਨੇ ਅਤੇ ਉਹਨਾਂ ਦੀ ਸਹੂਲਤ ਲਈ ਅਸੀਂ ਇੱਥੇ ਮੈਡੀਕਲ ਕੈਂਪ ਲਾਇਆ, ਜਿੱਥੇ ਇੱਥੇ ਦੇ ਲੋਕ ਇੱਥੇ ਆ ਕੇ ਫ੍ਰੀ ਸੇਵਾ ਲੈ ਸਕਣ ਡਾਕਟਰਾਂ ਦੀ। ਇੱਥੇ ਫ੍ਰੀ ਮੈਡੀਸਨ ਜਿਹੜਾ ਉਹਨਾਂ ਨੂੰ ਅਸੀਂ ਪ੍ਰੋਵਾਈਡ ਕਰਾ ਰਹੇ ਹਾਂ, ਜਿਹਦੇ ਵਿੱਚ ਸਾਡੇ ਲੀਫ ਹੋਲਡ ਵਾਲਿਆਂ ਦਾ ਸਹਿਯੋਗ ਰਿਹਾ। ਮੈਂ ਲੀਫ ਹੋਲਡ ਵਾਲਿਆਂ ਦਾ ਵੀ ਥੈਂਕਸ ਕਰਦਾ ਅਤੇ ਡਾਕਟਰ ਟੀਮ ਜਿਹੜੀ ਸਾਡੀ ਆਈ ਹੈ ਮੈਂ ਉਹਨਾਂ ਦਾ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੇ ਇੱਥੇ ਆ ਕੇ ਸਾਡਾ ਮਾਨ ਵਧਾਇਆ। ਦੇਵ ਭੂਮੀ ਜਿਹੜੀ ਸੰਸਥਾ ਦਾ ਅਤੇ ਲੋਕਾਂ ਦੀ ਸੇਵਾ ਵਿੱਚ ਆਪਣਾ ਯੋਗਦਾਨ ਪਾਇਆ। ਸਾਡੀ ਜਿਹੜੀ ਸਮਾਜਿਕ ਸੰਸਥਾ ਹੈ ਜਿਹੜੀ ਸਮਾਜ ਤੋਂ ਜਿਹੜੇ ਕੰਮ ਨੇ, ਸਮਾਜਿਕ ਕੰਮ ਜਿਵੇਂ ਕਿਸੇ ਦੀ ਹੈਲਪ ਆਪਣੇ ਸੋਸਾਇਟੀ ਦੇ ਵਿੱਚ, ਕੋਈ ਕਿਸੇ ਨੂੰ ਕੋਈ ਲੋੜ ਪੈ ਜਾਂਦੀ ਉਹਨਾਂ ਦੀ ਹੈਲਪ ਕਰਦੇ ਨੇ। ਸਾਡੇ ਪ੍ਰਧਾਨ ਸਾਹਿਬ ਇੱਥੇ ਸੁਖਵੀਰ ਸਿੰਘ ਜੀ ਵਿੱਚ ਖੜ੍ਹੇ ਨੇ, ਉਹ ਵੈਸੇ ਵੀ ਜਿਹੜੇ ਹੈਗੇ ਨੇ ਕਿ ਬੜੇ ਦਲੇਰ ਬੰਦੇ ਨੇ। ਹਰ ਜਿਹੜੇ ਔਖੇ ਸਮੇਂ 'ਚ, ਹਰ ਦੁੱਖ ਸੁੱਖ 'ਚ ਅਸੀਂ ਹਰ ਰੇਕ ਨਾਲ ਖੜ੍ਹੇ ਹੁੰਦੇ। ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਅਸੀਂ ਆਪਣੀ ਸੰਸਥਾ ਦੇ ਨਾਲ ਉਹਨਾਂ ਲੋਕਾਂ ਦੀ ਹੈਲਪ ਕਰਦੇ। ਇਸ ਤੋਂ ਪਹਿਲਾਂ ਵੀ ਕੋਈ ਮੈਡੀਕਲ ਕੈਂਪ ਲਗਾਇਆ ਕਿਤੇ? ਨਾ, ਇਹ ਸਾਡਾ ਪਹਿਲਾ ਮੈਡੀਕਲ ਕੈਂਪ ਹੈ। ਰਜਿਸਟ੍ਰੇਸ਼ਨ ਵੀ ਅਸੀਂ ਹੁਣੀ ਰਜਿਸਟਰਡ, ਮੇਰੇ ਖਿਆਲ ਮਹੀਨਾ ਕੁ ਹੋਇਆ ਰਜਿਸਟਰਡ ਕਰਾਈ ਨੂੰ ਇਹ ਸੰਸਥਾ। ਥੈਂਕ ਯੂ ਸੋ ਮਚ। ਥੈਂਕ ਯੂ ਜੀ।